ਮੈਂ ਤੇ ਸਿਰਫ ਟ੍ਰੀਟਮੈਂਟ ਕਰ ਰਿਹਾ ਹੈਗਾ। ਮੇਰੇ ਕੋਲ ਜਦੋਂ ਬੱਚਾ ਆਇਆ ਬਿਲਕੁਲ ਬੱਚਾ ਠੰਡਾ ਸੀਗਾ, ਤੇ ਅਸੀਂ ਉਹਨੂੰ ਮਤਲਬ ਹੁਣੇ ਗਰਮ ਗਰਮ ਵਾਲੀ ਮਸ਼ੀਨ ਰੇਡੀਐਂਟ ਵਾਰਮਰ ਚ ਪਾਇਆ, ਉਹਨੂੰ ਸਾਰਾ ਡ੍ਰਿਪ ਲਗਾਈ ਹੈ, ਪੂਰਾ ਟ੍ਰੀਟਮੈਂਟ ਦੇ ਰਹੇ ਹਾਂ, ਫੈਸਿਲਿਟੀ ਦੇ ਰਹੇ ਹਾਂ। ਬਾਕੀ ਕਿਸ ਤਰ੍ਹਾਂ ਮਿਲਿਆ ਕਿਸ ਤਰ੍ਹਾਂ ਨਹੀਂ ਮਿਲਿਆ ਉਹ ਤੇ ਪੁਲਿਸ ਵਾਲੇ ਦੱਸ ਸਕਦੇ ਜਾਂ ਇਹ ਸਾਹਿਬ ਜੀ ਜਿਹੜੇ ਲੈ ਕੇ ਆਏ ਨੇ ਦੱਸ। ਕਿੰਨੀ ਦੇਰ ਪਹਿਲਾਂ ਡਿਲੀਵਰੀ ਹੋਈ ਹੈ ਜੀ? ਇਹ ਕਹਿ ਨਹੀਂ ਸਕਦੇ ਨਾ, ਬੱਚਾ ਤਾਂ ਸਾਡੇ ਕੋਲ ਆਇਆ, ਸਾਡੇ ਕੋਲ ਅਬੈਂਡਨਡ ਬੱਚਾ ਆਇਆ, ਬੱਚਾ ਮਤਲਬ ਮਿਲਿਆ ਕਿਸੇ ਨੂੰ ਕਮੋਡ ਦੇ ਵਿੱਚੋਂ। ਹੁਣ ਡਿਲੀਵਰੀ ਐਗਜੈਕਟਲੀ ਨਹੀਂ ਕਹਿ ਸਕਦੇ ਕਿਉਂਕਿ ਉਹ ਤੇ ਮਤਲਬ ਵੀ ਡੋਂਟ ਨੋ ਅਬਾਊਟ ਦੈਟ ਨਾ, ਸਾਨੂੰ ਨਹੀਂ ਪਤਾ ਲੱਗਦਾ ਕਿ ਅੱਜ ਦੀ ਡਿਲੀਵਰੀ। ਹਾਂ ਹਾਂ, ਡਿਲੀਵਰੀ ਅੱਜ ਦੀ ਲੱਗਦੀ ਹੈ, ਡਿਲੀਵਰੀ ਤਾਜ਼ੀ ਆਲ ਪਈ ਹੈ ਬਿਲਕੁਲ, ਮਤਲਬ ਜਿਹੜੀ ਉਹਦੇ ਧੁੰਨ ਦੇ ਉੱਤੇ ਬਿਲਕੁਲ ਅੱਜ ਦੀ ਡਿਲੀਵਰੀ ਹੈ। ਐਗਜੈਕਟ ਨਾੜੂ ਨਾਲ ਹੈਗਾ ਕਿਉਂਕਿ ਐਗਜੈਕਟਲੀ ਮਤਲਬ ਅੱਜ ਹੀ ਹੈ, ਲੇਕਿਨ ਅਗਰ ਐਗਜੈਕਟਲੀ ਕਹਿ ਨਹੀਂ ਸਕਦੇ ਕਿਹੜੇ ਟਾਈਮ ਦੀ ਹੈ। ਦੇਖੋ ਜੀ, ਪੂਰੀ ਮਿਹਨਤ ਹੋ ਰਹੀ ਹੈ, ਬਾਕੀ ਪਰਮਾਤਮਾ ਦੇ ਹੱਥ ਹੈਗਾ, ਅਸੀਂ ਨਹੀਂ ਕਹਿ ਸਕਦੇ। ਵੀ ਆਰ ਡੂਇੰਗ ਫੁੱਲ ਜੋਬ, ਤਿੰਨ ਤਿੰਨ ਡਾਕਟਰ ਲੱਗੇ ਹੋਏ ਆ, ਪੂਰੇ ਸੀਨੀਅਰ ਡਾਕਟਰ ਲੱਗੇ ਹੋਏ ਆ। ਬਾਕੀ ਇਹ ਦੱਸਣਗੇ ਕਿ ਸਲਾਹ ਚ ਮਿਲਿਆ ਹੈ। ਮੈਂ ਬੱਚਾ ਅਡੋਪਟ ਕਰਨ ਵਾਸਤੇ ਆਈ ਸੀ। ਮੈਨੂੰ ਇਸ ਤਰ੍ਹਾਂ ਮਤਲਬ ਹਮਾਰੇ ਰਿਸ਼ਤੇਦਾਰ ਹੀ ਹੈ, ਉਹਨਾਂ ਨੇ ਉਹਨਾਂ ਦਾ ਕੋਈ ਫੋਨ ਆਇਆ ਸੀ ਕਿ ਬੱਚਾ ਰੇਲਵੇ ਸਟੇਸ਼ਨ ਜੋ ਸਫਾਈ ਕਰਮਚਾਰੀ ਹਨ ਉਹਨਾਂ ਨੂੰ ਬੱਚਾ ਮਿਲਿਆ ਹੈ ਕਿ ਮਤਲਬ ਉਹ ਜਿੰਦਾ ਹੈ। ਉਹਨਾਂ ਨੂੰ ਉਹ ਬਾਥਰੂਮ ਵਿੱਚ ਉਹ ਬਾਥਰੂਮ ਦੇ ਲੈਟਰਿਨ ਦੇ ਟੱਬ ਵਿੱਚ ਪਾ ਦਿੱਤਾ ਹੈ ਜੀ। ਬਹੁਤ ਵੱਡਾ ਪਾਪ ਹੈ ਜੀ, ਇਨਸਾਨੀਅਤ ਵਾਸਤੇ ਬਿਲਕੁਲ ਸ਼ਰਮਸਾਰ ਹੋਈ ਹੈ। ਆਪਣੇ ਬੱਚਿਆਂ ਤੋਂ ਵੱਧ ਕੇ ਭੈਣ ਭਰਾਵਾ ਭਾਈ ਤੁਸੀਂ ਵੀ ਨਾਲ ਖੜੇ ਹੋ ਸਾਰੇ ਜਣੇ, ਕੋਈ ਗੱਲ ਨੀ ਚਲੋ ਯਾਰ। ਅੱਛਾ, ਕਿੱਡੀ ਵੱਡੀ ਵੈਸੇ ਤੁਹਾਨੂੰ ਫਿਰ ਲੱਗਦਾ ਕਿ ਸਾਡੀ ਜੋਬ ਹੈਗੀ ਹੈ ਡਿਊਟੀ ਉੱਥੇ। ਮੇਰਾ ਨਾਮ ਸਾਬੀ ਹੈ। ਸਾਡਾ ਇੱਥੇ ਕੰਮ ਸਾਰਾ ਸਫਾਈ ਦਾ ਹੈ, ਅਸੀਂ ਉੱਥੇ ਸਫਾਈ ਕਰਾਉਂਦੇ, ਲੜਕੇ ਸਾਡੇ ਕੰਮ ਕਰਦੇ ਪਏ ਸੀ ਹਾਂਜੀ ਸਟੇਸ਼ਨ 'ਤੇ, ਅਤੇ ਅਸੀਂ ਉੱਥੇ ਬੈਠੇ ਹਾਂ ਦਫ਼ਤਰ 'ਤੇ, ਲੜਕੇ ਦਾ ਫੋਨ ਆਇਆ ਸਰ, ਕਹਿੰਦਾ ਵੀ ਇੱਥੇ ਕੋਈ ਡੈੱਡ ਬੋਡੀ ਮਿਲੀ ਹੈ। ਐਕਚੁਲੀ ਜਦੋਂ ਵੀ ਕੋਈ ਡੈੱਡ ਬੋਡੀ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਬਿਹੇਵ ਹੋਇਆ ਕੋਈ ਜਾਂ ਕੋਈ ਨਸ਼ੇ ਚੀਜ਼ ਮਿਲਦੀ ਹੈ, ਲੜਕੇ ਸਾਨੂੰ ਕਨਫਰਮ ਕਰਦੇ ਵੀ ਫੜੋ ਜੀ ਆ ਜਾਓ। ਆਪਾਂ ਗਏ ਅਤੇ ਜਾ ਕੇ ਦੇਖਿਆ ਬੱਚੇ ਨੂੰ ਵਿੱਚੋਂ ਕੱਢਿਆ ਬਾਹਰ, ਅਤੇ ਜਿੰਦਾ ਸੀ। ਫਿਰ ਆਪਾਂ ਉਸ ਵੇਲੇ ਉਹਨੂੰ ਸਾਫ਼ ਸੂਫ ਕੀਤਾ, ਲੜਕਿਆਂ ਨੇ ਧੋਇਆ ਧਾਇਆ, ਧੋ ਧਾ ਕੇ ਫਿਰ ਆਪਾਂ ਬੀ ਬਲੋਕ ਹੋਸਪਿਟਲ ਲੈ ਕੇ ਗਏ। ਉਹਨਾਂ ਨੇ ਕਿਹਾ ਵੀ ਨਹੀਂ ਜੀ, ਇੱਥੇ ਸਾਡੇ ਕੋਲ ਤੁਸੀਂ ਸਿਵਲ ਹੋਸਪਿਟਲ ਲੈ ਜਾਓ। ਫਿਰ ਆਪਾਂ ਥਾਣੇ ਗਏ ਇਹਨਾਂ ਕੋਲ, ਉੱਥੇ ਮੀਮੋ ਲਿਖ ਕੇ ਦਿੱਤੀ, ਫਿਰ ਇਹਨੂੰ ਬੱਚੇ ਨੂੰ ਇੱਥੇ ਲੈ ਕੇ ਗਏ। ਉਹ ਬਹੁਤ ਅੱਛੇ ਤਰੀਕੇ ਨਾਲ ਦੇਖਦੇ ਪਏ ਨੇ ਬੇਟੇ ਨੂੰ, ਅਤੇ ਲੜਕਾ ਆਏ ਬਿਲਕੁਲ ਇੱਕ ਦਿਨ ਦਾ ਜੰਮਿਆ ਹੋਇਆ ਹੈ। ਹਾਂ, ਫਲੈਸ਼ ਵਿੱਚੋਂ ਕੱਢਿਆ, ਵਿੱਚੋਂ ਅੰਦਰੋਂ ਫਲੈਸ਼ ਦੇ ਗਲ ਦੇ ਵਿੱਚ ਰੱਸੀ ਪਾ ਕੇ ਬੰਦ, ਰੱਸੀ ਵੀ ਕੱਪੜੇ ਦੀ ਬਣੀ ਹੋਈ ਸੀ ਚੁੰਨੀ ਦੀ, ਉਹਦੇ ਨਾਲ ਗਲਾ ਉਹਦਾ ਘੁੱਟਿਆ ਹੋਇਆ ਸੀ। ਉਹੀ ਆਪਾਂ ਤਾਂ ਹੀ ਕਹਿੰਦੇ ਰੱਸੀ ਦੇਖਦਾ ਪਿਆ ਸੀ, ਬੱਚੇ ਦਾ ਸ਼ੇਰ ਵੀ ਮਰਿਆ ਹੀ ਹੋਣਾ ਸੀ, ਧੱਕਾ ਲੱਗ ਜਾ। ਆਪਾਂ ਦੇਖਿਆ ਚੈੱਕ ਕੀਤਾ ਲੜਕੇ ਨੂੰ, ਮੈਂ ਕਿਹਾ ਹੱਥ ਨਾ ਕੱਢੋ ਬਾਹਰ। ਉਹਨਾਂ ਲੜਕੇ ਰੱਸੀ ਕੱਢੀ ਅਤੇ ਬੱਚਾ ਰੋਣ ਲੱਗ ਪਿਆ। ਆਪਾਂ ਫਿਰ ਉਸ ਸਾਫ਼ ਸੂਫ ਕਰਕੇ ਹੋਸਪਿਟਲ ਲੈ ਗਏ। ਨਜਾਇਜ਼ ਤਾਂ ਨਹੀਂ, ਵੇਖੋ ਜੋ ਵੀ ਆ, ਅਸੀਂ ਹੁਣ ਕੇ ਜ਼ਿਆਦਾ ਨਹੀਂ ਬੋਲ ਸਕਦੇ, ਜੋ ਵੀ ਹੋਇਆ ਬਹੁਤ ਗਲਤ ਹੋਇਆ ਵਾ। ਜੋ ਵੀ ਸਿੱਧੀ ਸੀ, ਬਾਕੀ ਉਹ ਆਪਣੀ ਉਹਦੀ ਕਿਸਮਤ ਹੈ ਵੀ ਜਿਹੜਾ ਇੰਨਾ ਜੰਮਦਾ ਇੱਕ ਦਿਨ ਦਾ ਬੱਚਾ ਫਿਰ ਵੀ ਜਿੰਦਾ ਹੈ। ਬਿਲਕੁਲ ਗੰਦਗੀ ਵਿੱਚ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਫਿਰ ਉਹਨੂੰ ਫਲੈਸ਼ ਦੇ ਵਿੱਚ ਬੰਦ ਕਰਕੇ ਮਾਰਨ ਦੀ ਕੋਸ਼ਿਸ਼, ਤਾਂ ਵੀ ਜਿੰਦਾ ਹੈ। ਬਿਲਕੁਲ, ਬਹੁਤ ਹੀ ਬੁਰੀ ਗੱਲ ਹੈਗੀ ਹੈ। ਰੱਬ ਬਚਾਵੇ, ਉਹ ਆਪਣੀ ਕਿਸਮਤ ਲੈ ਕੇ ਆਇਆ, ਬਹੁਤ ਤੇਜ਼ ਹੈ ਉਹਦੀ ਕਿਸਮਤ ਨੇ, ਜਿਹੜਾ ਹਲੇ ਤੱਕ ਵੀ ਜਿੰਦਾ ਹੈ। ਇਹ ਬੱਚਾ ਟ੍ਰੇਨ ਹਾਵੜਾ ਡੋਲੀਗੇੜੇ ਹਾਵੜਾ ਮੇਲ ਵਿੱਚ 3005 'ਚ ਆਇਆ ਸੀ, ਡੀ 3 AC 'ਚ, ਅਤੇ ਸਫਾਈ ਸੇਵਕਾ ਮਿਲਿਆ
ਦਰਾਣੇ ਜਾਏਗਾ ਤੇ ਭਾਈ ਉਸ ਵੇਲੇ ਸਾਨੂੰ ਦੱਸਿਆ ਅਸੀਂ ਫਟਾਫਟ ਲੈ ਗਏ ਤੇ ਦਾਖਲ ਕਰਾਤਾ ਜੀ ਜਿਹੜਾ ਇਲਾਜ ਚੱਲ ਰਿਹਾ ਹਾਲਾਤ ਬੱਚਾ ਠੀਕ ਅੱਗੇ ਮਸਤ ਰਿਹਾ ਹਾਂਜੀ ਨਹੀਂ ਡਾਕਟਰ ਦੱਸ ਸਕਦੇ ਜੀ ਨਾੜੂਆ ਸਭ ਹੈਗਾ ਜੀ ਪਹਿਲਾਂ ਬੱਚਾ ਬਚਾਵਾਂਗੇ ਜੀ ਬਚਾਉਣ ਤੋਂ ਬੱਚਾ ਬਾਅਦ ਫਿਰ ਜਿਹੜੀ ਕਾਰਵਾਈ ਅਗਲੀ ਕਾਰਵਾਈ ਜਾਂਦੀ ਜਾਵੇਗੀ